ਸਤਿ ਸ਼੍ਰੀ ਅਕਾਲ ਜੀ, ਅੱਜ ਮੋਰਨਿੰਗ ਟਾਈਮ ਆ ਸਵੇਰ ਦਾ, ਅਤੇ ਅੱਜ ਮੈਂ ਆਈ ਸੀ ਕਿਚਨ ਵਿੱਚ ਆਪਣੇ ਬੇਟੇ ਦਾ ਲੰਚ ਬੋਕਸ ਤਿਆਰ ਕਰਨ ਵਾਸਤੇ। ਉਹ ਰੋਜ਼ ਟਿਫਨ ਬੋਕਸ ਨਹੀਂ ਲੈ ਕੇ ਜਾਂਦਾ ਕਿਉਂਕਿ ਉਹ ਸਵੇਰੇ ਹੀ ਜਿਹੜਾ ਬ੍ਰੇਕਫਾਸਟ ਜਿਹੜਾ ਘਰੋਂ ਹੀ ਕਰਕੇ ਚਲੇ ਜਾਂਦਾ ਆ, ਦੁੱਧ ਦੇ ਨਾਲ ਪਰੌਂਠੀ ਖਾ ਕੇ ਜਾਂਦਾ ਆ। ਸੋ ਅੱਜ ਉਹਨੇ ਲੰਚ ਬੋਕਸ ਲੈ ਕੇ ਜਾਣਾ ਸੀਗਾ, ਇਸ ਵਾਸਤੇ ਮੈਂ ਜਿਹੜਾ ਆ ਸਭ ਤੋਂ ਪਹਿਲਾਂ ਪਾਣੀ ਗਰਮ ਹੋਣ ਵਾਸਤੇ ਰੱਖ ਦਿੱਤਾ। ਫਿਰ ਮੈਂ 4 ਮੀਡੀਅਮ ਸਾਈਜ਼ ਦੇ ਆਲੂ ਲਏ ਅਤੇ ਉਹਨਾਂ ਨੂੰ ਪਹਿਲਾਂ ਛਿੱਲ ਲਿਆ, ਅਤੇ ਛਿੱਲ ਕੇ ਜਿਹੜਾ ਆ ਬਾਅਦ ਵਿੱਚ ਆਲੂਆਂ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਪਾਣੀ ਦੇ ਨਾਲ ਜਿਹੜਾ ਆ ਧੋ ਲੈਣਾ ਆ। ਅਤੇ ਜਿੰਨੀ ਦੇਰ ਮੈਂ ਆਲੂ ਛਿੱਲੇ ਅਤੇ ਪਾਣੀ ਧੋ ਦੇ ਨਾਲ ਉਹਨਾਂ ਨੂੰ ਧੋਤਾ, ਉਨੀ ਦੇਰ ਵਿੱਚ ਜਿਹੜਾ ਆ ਉਹ ਪਾਣੀ ਗਰਮ ਹੋ ਗਿਆ ਸੀਗਾ। ਜਿਹੜਾ ਪਾਣੀ ਆ ਉਹਨੂੰ ਉਬਾਲਣਾ ਨਹੀਂ ਆ, ਜਸਟ ਉਹਨੂੰ ਗਰਮ ਹੀ ਕਰਨਾ ਆ, ਸਾਦਾ ਹੀ ਉਹਨੂੰ ਗਰਮ ਕਰਨਾ, ਉਹਦੇ ਵਿੱਚ ਕੋਈ ਨਮਕ ਵਗੈਰਾ ਨਹੀਂ ਪਾਉਣਾ। ਜਦੋਂ ਪਾਣੀ ਗਰਮ ਹੋ ਗਿਆ ਫਿਰ ਮੈਂ ਜਿਹੜੇ ਆਲੂ ਸੀਗੇ ਉਹ ਉਹਦੇ ਵਿੱਚ ਡਿਪ ਕਰਕੇ ਰੱਖ ਦਿੱਤੇ। ਆਲੂਆਂ ਨੂੰ ਜਿਹੜਾ ਆ ਕੋਈ 10 ਮਿੰਟ ਵਾਸਤੇ ਪਾਣੀ ਵਿੱਚ ਡਿਪ ਕਰਕੇ ਰੱਖ ਦੇਣਾ ਆ। 10 ਮਿੰਟ ਬਾਅਦ ਜਿਹੜਾ ਆ ਮੈਂ ਆਲੂਆਂ ਨੂੰ ਜਿਹੜਾ ਆ ਉਹ ਗਰੇਟ ਕਰ ਲਿਆ। ਨੋਰਮਲੀ ਜਿਹੜਾ ਅਸੀਂ ਗਰੇਟ ਦਾ ਜਿਹੜਾ ਯੂਜ਼ ਕਰਦੇ ਹਾਂ ਨਾ, ਜ਼ਿਆਦਾ ਮੋਟਾ ਨਹੀਂ ਗਰੇਟ ਕਰਨਾ, ਜਿਹੜਾ ਆਪਾਂ ਨੋਰਮਲ ਗਰੇਟ ਕਰਦੇ ਹਾਂ ਜਿਸ ਬਲੇਡ ਦੇ ਨਾਲ, ਉਸੇ ਬਲੇਡ ਦੇ ਨਾਲ ਜਿਹੜਾ ਇਹਨੂੰ ਗਰੇਟ ਕਰ ਲੈਣਾ ਆ। ਫਿਰ ਜਿਹੜਾ ਆ ਇਸ ਦੇ ਨਾਲ ਇਹਦੇ ਵਿੱਚ ਇੱਕ ਜਿਹੜਾ ਆ ਉਹ ਪਿਆਜ਼ ਗਰੇਟ ਕਰ ਲਿਆ। ਜਦੋਂ ਵੀ ਮੈਂ ਪਿਆਜ਼ ਨੂੰ ਗਰੇਟ ਕਰਦੀ ਹਾਂ ਤਾਂ ਉਹਦੀ ਜਿਹੜੀ ਗੰਢ ਹੁੰਦੀ ਆ ਨਾ ਉਹਨੂੰ ਨਹੀਂ ਕੱਟਦੀ, ਕਿਉਂਕਿ ਜਦੋਂ ਅਸੀਂ ਗੰਢ ਕੱਟ ਦਿੰਦੇ ਹਾਂ ਤਾਂ ਪਿਆਜ਼ ਨੂੰ ਗਰੇਟ ਕਰਨਾ ਜਿਹੜਾ ਔਖਾ ਹੋ ਜਾਂਦਾ ਆ, ਪਿਆਜ਼ ਜਿਹੜਾ ਉਹ ਖਿਲਰਨਾ ਸ਼ੁਰੂ ਹੋ ਜਾਂਦਾ ਆ। ਇਸ ਕਰਕੇ ਜਦੋਂ ਵੀ ਤੁਸੀਂ ਪਿਆਜ਼ ਨੂੰ ਗਰੇਟ ਕਰੋ ਤਾਂ ਉਦੋਂ ਜਿਹੜਾ ਇਹਦੀ ਗੰਢ ਨੂੰ ਨਾ ਕੱਟੋ। ਸੋ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਦਿੱਤੇ 2 ਚਮਚ ਅਰਾਰੋਟ ਦੇ। ਅਗਰ ਤੁਹਾਡੇ ਕੋਲ ਅਰਾਰੋਟ ਨਹੀਂ ਹੈਗਾ ਤੁਸੀਂ ਬੇਸਣ ਵੀ ਪਾ ਸਕਦੇ ਹੋ। ਫਿਰ ਮੈਂ ਪਾ ਦਿੱਤਾ ਸਵਾਦ ਅਨੁਸਾਰ ਨਮਕ, ਕਾਲੀ ਮਿਰਚ 1/2 ਚਮਚ, ਥੋੜ੍ਹੀ ਜਿਹੀ ਲਾਲ ਮਿਰਚ ਪਾ ਦਿੱਤੀ, ਅਤੇ ਨਾਲ ਪਾ ਦਿੱਤਾ 1/2 ਚਮਚ ਅੰਬਚੂਰ ਪਾਊਡਰ ਦਾ, ਅਤੇ ਨਾਲ ਹੀ ਥੋੜ੍ਹਾ ਜਿਹਾ ਪਾ ਦਿੱਤਾ ਜੀਰਾ ਪਾਊਡਰ, ਭੁੰਨਿਆ ਹੋਇਆ ਜੀਰਾ ਪਾਊਡਰ, ਅਤੇ ਮੈਂ ਗਰਮ ਮਸਾਲਾ ਵੀ ਥੋੜ੍ਹਾ ਜਿਹਾ ਪਾ ਦਿੱਤਾ। ਅਗਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਮੈਂ ਮਿਕਸ ਕਰ ਲਿਆ ਆਲੂਆਂ ਦੇ ਵਿੱਚ। ਇਸ ਵਿੱਚ ਜਿੰਨੇ ਵੀ ਮੈਂ ਮਸਾਲੇ ਪਾਏ ਆ ਬਹੁਤ ਹੀ ਲਾਈਟ ਆ, ਅਤੇ ਛੋਟੇ ਬੱਚੇ ਜਿਹੜੇ ਕਿ ਮਿਰਚ ਮਸਾਲੇ ਨਹੀਂ ਖਾਂਦੇ ਉਹਨਾਂ ਵਾਸਤੇ ਪਰਫੈਕਟ ਆ। ਅਤੇ ਮਿਕਸਚਰ ਤਿਆਰ ਕਰਨ ਤੋਂ ਬਾਅਦ ਉਸਨੂੰ ਮੈਂ ਜਿਹੜਾ ਢੱਕ ਕੇ ਰੱਖ ਦਿੱਤਾ, ਅਤੇ ਉਨੀ ਦੇਰ ਲਈ ਮੈਂ ਜਿਹੜਾ ਆ ਤਵਾ ਗੈਸ ਦੇ ਉੱਤੇ ਰੱਖ ਦਿੱਤਾ। ਜਿਹੜਾ ਗੈਸ ਦਾ ਫਲੇਮ ਆ ਉਹ ਬਿਲਕੁਲ ਲੋਅ ਟੂ ਮੀਡੀਅਮ ਹੀ ਰੱਖਣਾ ਆ, ਤੇਜ਼ ਨਹੀਂ ਕਰਨਾ। ਲੋਅ ਭਾਵੇਂ ਹੋ ਜਾਵੇ, ਮੀਡੀਅਮ ਮਤਲਬ ਕਿ ਉਹਨੂੰ ਤੇਜ਼ ਨਹੀਂ ਕਰਨਾ। ਅਤੇ ਫਿਰ ਉਹਦੇ ਉੱਤੇ ਪਾ ਦਿੱਤੇ 2 ਚਮਚ ਸਰੋਂ ਦੇ ਤੇਲ ਦੇ। ਤੁਸੀਂ ਜਿਹੜਾ ਵੀ ਤੇਲ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਸੋ ਫਿਰ ਮੈਂ ਜਿਹੜਾ ਆ ਜਿਹੜਾ ਮਿਕਸਚਰ ਤਿਆਰ ਕੀਤਾ ਸੀ ਆਲੂਆਂ ਦਾ, ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਤਵੇ ਦੇ ਉੱਤੇ ਰੱਖ ਦਿੱਤਾ, ਅਤੇ ਉਹਨੂੰ ਗੋਲ ਜਿਹੜੀ ਰੋਟੀ ਦੀ ਜਿਹੜਾ ਸ਼ੇਪ ਆ ਉਹ ਦੇ ਦਿੱਤੀ। ਮਤਲਬ ਕਿ ਤੁਸੀਂ ਛੋਟੇ ਛੋਟੇ ਪੀਸ ਵੀ ਬਣਾ ਸਕਦੇ ਹੋ, ਤੁਸੀਂ ਪੈਨਕੇਕ ਵੀ ਬਣਾ ਸਕਦੇ ਹੋ, ਜਿਵੇਂ ਆਪਾਂ ਬੇਸਣ ਦਾ ਪੂੜਾ ਬਣਾਉਂਦੇ ਹਾਂ ਉਵੇਂ ਵੀ ਬਣਾ ਸਕਦੇ ਹੋ। ਅਗਰ ਤੁਸੀਂ ਬਾਈਟ ਦੇ ਰੂਪ ਵਿੱਚ ਬਣਾਉਣਾ ਤਾਂ ਤੁਸੀਂ ਛੋਟੇ ਛੋਟੇ ਪੀਸ ਜਿਹੜੇ ਆ ਉਹ ਇੱਕ ਇੱਕ ਚਮਚ ਲੈ ਕੇ ਤਵੇ ਦੇ ਉੱਤੇ ਰੱਖ ਕੇ ਉਹਨਾਂ ਨੂੰ ਵੀ ਬਣਾ ਸਕਦੇ ਹੋ। ਪਰ ਮੈਂ ਜਿਹੜਾ ਆ ਉਹ ਛੋਟੇ ਛੋਟੇ ਪੂੜੇ ਬਣਾਏ ਸੀਗੇ, ਅਤੇ ਮੈਂ ਉਹਨਾਂ ਨੂੰ ਜਿਹੜਾ ਆ ਚੰਗੀ ਤਰ੍ਹਾਂ ਫੈਲਾ ਦਿੱਤਾ। ਇਹਨੂੰ ਜਿਹੜਾ ਆ ਉਹ ਪਤਲਾ ਕਰ ਲੈਣਾ ਆ, ਜ਼ਿਆਦਾ ਮਤਲਬ ਕਿ ਪਤਲਾ ਨਹੀਂ ਇਹ ਹੁੰਦਾ, ਥੋੜ੍ਹਾ ਜਿਹਾ ਮੋਟਾ ਰਹਿੰਦਾ ਆ। ਅਤੇ ਇਸ ਤੋਂ ਬਾਅਦ ਜਿਹੜਾ ਆ ਥੋੜ੍ਹਾ ਜਿਹਾ ਤੇਲ ਜਿਹੜਾ ਸਾਈਡ 'ਤੇ ਲਗਾ ਦਿੱਤਾ, ਅਤੇ ਇਹਨੂੰ ਜਿਹੜਾ ਆ ਸੇਕ ਲੈਣਾ ਆ। ਪਹਿਲੀ ਵਾਰੀ ਜਦੋਂ ਅਸੀਂ ਇਹਨੂੰ ਫਲਿੱਪ ਕਰਨਾ ਆ ਪਲਟਣਾ ਆ ਉਦੋਂ ਜਿਹੜਾ ਥੋੜ੍ਹਾ ਟਾਈਮ ਲੱਗਦਾ ਆ, ਕਿਉਂਕਿ ਆਲੂ ਜਿਹੜੇ ਆ ਬਹੁਤ ਜ਼ਿਆਦਾ ਥੱਲੇ ਚਿਪਕ ਜਾਂਦੇ ਆ, ਬਟ ਆਪਣੇ ਆਪ ਜਿਹੜੇ ਮੁੜ ਕੇ ਤਵੇ ਨੂੰ ਜਿਹੜਾ ਉਹ ਛੱਡ ਦਿੰਦੇ ਆ।
ਫਿਰ ਤੇਲ ਲਗਾ ਕੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਜਿਹੜਾ ਪਲਟ ਕੇ ਇਸ ਪੂੜੇ ਨੂੰ ਜਿਹੜਾ ਆ ਉਹ ਸੇਕ ਲੈਣਾ ਆ। ਬਹੁਤ ਹੀ ਵਧੀਆ ਪੂੜਾ ਬਣਦਾ ਆ। ਸੋ ਮੈਂ ਪਹਿਲਾ ਪੂੜਾ ਜਿਹੜਾ ਉਹ ਬਣਾ ਲਿਆ ਸੀਗਾ। ਇਹ ਜਿਹੜਾ ਪੂੜਾ ਆ ਇਹ ਬੱਚਿਆਂ ਵਾਸਤੇ, ਛੋਟੇ ਬੱਚਿਆਂ ਨੂੰ ਬਹੁਤ ਹੀ ਪਸੰਦ ਹੁੰਦਾ ਆ। ਅਗਰ ਤੁਸੀਂ ਵੱਡਿਆਂ ਵਾਸਤੇ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਹੋਰ ਵੀ ਮਿਰਚ ਮਸਾਲੇ ਜਿਹੜੇ ਪਾ ਸਕਦੇ ਹੋ, ਬਟ ਜਿਹੜੇ ਮੈਂ ਮਿਰਚ ਮਸਾਲੇ ਪਾਏ ਆ ਨਾ ਉਹ ਬਿਲਕੁਲ ਪਰਫੈਕਟ ਆ ਔਰ ਛੋਟੇ ਬੱਚਿਆਂ ਵਾਸਤੇ ਹੀ ਆ। ਫਿਰ ਮੈਂ ਜਿਹੜਾ ਆ ਦੂਸਰਾ ਮਤਲਬ ਕਿ ਪੂੜਾ ਵੀ ਬਣਾ ਲਿਆ ਸੀਗਾ, ਅਤੇ ਇਸ ਤਰ੍ਹਾਂ ਕਰਕੇ ਮੈਂ ਦੋ ਪੂੜੇ ਜਿਹੜੇ ਆ ਉਹ ਬਣਾ ਲਏ ਸੀਗੇ। ਅਤੇ ਇੱਕ ਪੂੜੇ ਨੂੰ ਜਿਹੜਾ ਮੈਂ ਹਾਫ ਵਿੱਚੋਂ ਕੱਟ ਕੇ ਆਪਣੇ ਬੇਟੇ ਦੇ ਟਿਫਨ ਬਾਕਸ ਵਿੱਚ ਪਾ ਦਿੱਤਾ। ਅਤੇ ਅਗਰ ਮੈਂ ਅੱਜ ਉਹਨੂੰ ਸੌਸ ਨਹੀਂ ਦਿੱਤੀ ਸੀਗੀ ਨਾਲ, ਕਿਉਂਕਿ ਉਹਨੂੰ ਜਿਹੜਾ ਸੌਸ ਤੋਂ ਐਲਰਜੀ ਆ, ਸੋ ਅੱਜ ਮੈਂ ਉਹਨੂੰ ਸੌਸ ਨਾਲ ਨਹੀਂ ਦਿੱਤੀ ਸੀਗੀ। ਅਗਰ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬੱਚੇ ਨੂੰ ਨਾਲ ਸੌਸ ਵੀ ਦੇ ਸਕਦੇ ਹੋ, ਵੈਸੇ ਬਿਨਾਂ ਸੌਸ ਦੇ ਵੀ ਸਵਾਦ ਲੱਗਦਾ ਆ। ਅਤੇ ਜਿਹੜਾ ਬੈਟਰ ਬਚਿਆ ਸੀਗਾ ਉਹਦੀਆਂ ਮੈਂ ਬਣਾ ਲਈਆਂ ਟਿੱਕੀਆਂ। ਮੇਰਾ ਬੜਾ ਮਨ ਕਰ ਰਿਹਾ ਸੀ ਟਿੱਕੀ ਖਾਣ ਨੂੰ, ਅਤੇ ਅਗਰ ਤੁਹਾਡਾ ਦਿਲ ਕਰੇ ਅਚਾਨਕ ਟਿੱਕੀ ਖਾਣ ਨੂੰ ਤਾਂ ਤੁਸੀਂ ਇਸ ਤਰ੍ਹਾਂ ਇੰਸਟੈਂਟ ਟਿੱਕੀ ਜਿਹੜੀ ਬਣਾ ਸਕਦੇ ਹੋ, ਬੜੀ ਹੀ ਵਧੀਆ ਬਣਦੀ ਆ। ਆਲੂ ਜਿਹੜੇ ਉਹ ਕੱਚੇ ਨਹੀਂ ਰਹਿੰਦੇ। ਚਟਨੀਆਂ ਜਿਹੜੀਆਂ ਪਹਿਲਾਂ ਹੀ ਤਿਆਰ ਸੀ, ਫਰਿੱਜ ਵਿੱਚ ਪਈਆਂ ਹੋਈਆਂ ਸੀ। ਬਾਕੀ ਸਮਾਨ ਜੋ ਵੀ ਮੇਰੇ ਕੋਲ ਅਵੇਲੇਬਲ ਸੀਗਾ ਉਹਦੇ ਨਾਲ ਮੈਂ ਟਿੱਕੀ ਦੀ ਪਲੇਟ ਤਿਆਰ ਕਰ ਲਈ। ਦੋ ਟਿੱਕੀਆਂ ਰੱਖੀਆਂ, ਉਹਦੇ ਉੱਤੇ ਦਹੀਂ ਪਹਿਲਾਂ ਹੀ ਪਿਆ ਹੋਇਆ ਸੀਗਾ, ਉਹਦੇ ਵਿੱਚ ਥੋੜ੍ਹੀ ਜਿਹੀ ਚੀਨੀ ਪਾਈ ਅਤੇ ਉਹਨੂੰ ਚੰਗੀ ਤਰ੍ਹਾਂ ਫੈਟ ਕੇ ਟਿੱਕੀ ਦੇ ਉੱਤੇ ਪਾ ਦਿੱਤਾ। ਬਰੀਕ ਕੱਟ ਕੇ ਪਿਆਜ਼ ਅਤੇ ਟਮਾਟਰ ਪਾ ਦਿੱਤੇ, ਅਤੇ ਦੋ ਚਮਚ ਮੈਂ ਮਿੱਠੀ ਚਟਨੀ ਦੇ ਪਾ ਦਿੱਤੇ ਜੋ ਕਿ ਕੇਲਿਆਂ ਵਾਲੀ ਸੀਗੀ, ਮਤਲਬ ਕਿ ਸਿੰਪਲ ਸਾਦੀ ਮਿੱਠੀ ਚਟਨੀ ਸੀਗੀ। ਅਤੇ ਇੱਕ ਚਮਚ ਹਰੀ ਚਟਨੀ ਦਾ ਪਾ ਦਿੱਤਾ ਅਤੇ ਮੇਰੀ ਟਿੱਕੀ ਦੀ ਪਲੇਟ ਜਿਹੜੀ ਆ ਉਹ ਤਿਆਰ ਹੋ ਗਈ। ਬਹੁਤ ਹੀ ਟੇਸਟੀ ਬਣੀ ਸੀਗੀ। ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਿਓ ਅਤੇ ਦੱਸਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ।